जो जंगी कमर कसा सतगुरु जी ने किया सी इत्थे आके कमर कसा खोलिया भी दम लिया इहदे तों इस धाम दा नाम दमदमा साहिब पै गया। ये साडे तख्तां विचों चौथा तख्त है, पंज तख्त ने चौथे तख्त होण दा माण सतगुरु जी नूं बख्शिया दमदमा साहिब नूं। हुण इत्थे सतगुरु जी ठहरे ने, इत्थे गुरुद्वारा लिखणसर साहिब, इत्थे दमदमा साहिब विखे ही सतगुरु जी ने जो धन श्री गुरु ग्रंथ साहिब महाराज जिन्हां नूं गुरु होण दा माण प्राप्त है दमदमी बीड़, इत्थे ही सतगुरु जी ने भाई मनी सिंह जी कोलों लखवाई सहायक लखारी बाबा दीप सिंह जी, इत्थे बह के लिखणसर साहिब गुरुद्वारा बनिया है। इत्थे सतगुरु जी ने एक ओंकार तों लैके 18-10-20 तक मूर जवानी, क्योंकि जिहड़ी पहली वीड़ सी गुरु अर्जन देव महाराज वाली उह धीर मलिए लै गए सन। सतगुरु जी ने इहदे विच अपने पिता गुरु तेग बहादुर महाराज जी दी बाणी नूं दर्ज कीता। इत्थे बह के सतगुरु जी ने वीड़ लिखवाई, जिहड़ी कलम नूं घट दे उहनूं मुड़ के दुबारा ना घट दे, घस जाण तों बाद नूं सांभ के रख लैंदे, नवीं कलम घड़ी जांदी जदों घस जांदी उहनूं सुट देना, उहनूं भी सांभ के रख लिया जांदा। रोज़ चौंकड़ा मार के सतगुरु जी बाणी उचारदे। भाई मनी सिंह जी ते सहायक लखारी बाबा दीप सिंह जी, ये बीड़ संपूर्ण होई जिन्हों गुरु होण दा मान प्राप्त है। जदों बीड़ संपूर्ण हो गई उहदे तों बाद सतगुरु जी ने जिन्नियां कलमां सन जो वरतों कीती गई सी, कलमां दी जिहड़ी स्याही बची सी जिहदे नाल बीड़ लिखी गई सी, उह सारी जो उत्थे सरोवर है उहदे च शाही भी पा दित्ती, कलमां भी सुट दित्तियां। सिखां ने पुछिया सतगुरु जी ਇਹ ਕੀ ਕੋਤਕ ਵਰਤਾਇਆ। ਸਤਿਗੁਰੂ ਜੀ ਨੇ ਕਹਿ ਦਿੱਤਾ ਇਹ ਸਿੱਖਾਂ ਦੀ ਕਾਂਸੀ ਹੋਵੇਗੀ, ਉਹਨੂੰ ਅੱਜ ਆਪਾਂ ਗੁਰੂ ਦੀ ਕਾਂਸੀ ਵੀ ਆਖਦੇ ਹਾਂ। ਵੀ ਇੱਥੇ ਵੀ ਜਿਹੜੇ ਵੀ ਸਿੱਖ ਭਾਵਨਾ ਦੇ ਨਾਲ ਆ ਕੇ ਤੇ 35 ਅੱਖਰੀ ਲਿਖਿਆ ਕਰਨਗੇ, ਅਰਦਾਸ ਕਰਨਗੇ ਗੁਰੂ ਅੱਗੇ, ਉਹਨਾਂ ਨੂੰ ਰੋਸ਼ਨ ਦਿਮਾਗ ਦੀ ਪ੍ਰਾਪਤੀ ਹੋਵੇਗੀ, ਉਹਨਾਂ ਦੇ ਗਿਆਨ ਵਿੱਚ ਵਾਧਾ ਹੋਇਆ ਕਰੇਗਾ। ਅੱਜ ਵੀ ਸਿੱਖ ਸੰਗਤ ਆਪਣੇ ਬੱਚਿਆਂ ਨੂੰ ਲੈ ਕੇ, ਜੋ ਮੰਦ ਬੁੱਧੀ ਬੱਚੇ ਜਿਨ੍ਹਾਂ ਦਾ ਪੜ੍ਹਾਈ ਵਿੱਚ ਦਿਮਾਗ ਨਹੀਂ ਚੱਲਦਾ, ਉੱਥੇ ਲੈ ਕੇ 35 ਅੱਖਰੀ ਲਿਖ ਕੇ ਆਉਂਦੇ ਨੇ, ਅਰਦਾਸ ਕਰਕੇ ਕਰਾ ਕੇ ਆਉਂਦੇ ਨੇ ਤੇ ਬੱਚੇ ਰੋਸ਼ਨ ਦਾ ਦਿਮਾਗ ਨੂੰ ਪ੍ਰਾਪਤ ਕਰਦੇ ਨੇ। ਉੱਥੇ ਸਤਿਗੁਰੂ ਜੀ ਨੇ ਵਰ ਦਿੱਤਾ ਸੀ ਜਿਹੜਾ ਵੀ ਆ ਕੇ ਤੇ 35 ਅੱਖਰੀ ਊੜਾ ਐੜਾ ਆ ਕੇ ਤੇ ਲਿਖਿਆ ਕਰੇਗਾ, ਅਰਦਾਸ ਕਰੇਗਾ, ਉਹਨੂੰ ਰੋਸ਼ਨ ਦਿਮਾਗ ਦੀ ਪ੍ਰਾਪਤੀ ਹੋਵੇਗੀ, ਗਿਆਨ ਦੀ ਪ੍ਰਾਪਤੀ ਹੋਵੇਗੀ, ਉਹਦੇ ਗਿਆਨ ਵਿੱਚ ਵਾਧਾ ਹੋਵੇਗਾ। ਹੁਣ ਇੱਥੇ ਨਾਲ ਹੀ ਸਤਿਗੁਰੂ ਜੀ ਨੇ ਅੱਗੇ ਗੁਰਦੁਆਰਾ ਲਿਖਣਸਾਰ ਸਾਹਿਬ ਦੇ ਨਾਲ ਹੀ ਗੁਰਦੁਆਰਾ ਮਹਲਸਰ ਸਾਹਿਬ ਬਣਿਆ ਹੋਇਆ ਹੈ। ਸਤਿਗੁਰੂ ਜੀ ਨੇ ਇੱਥੇ ਵਿਸਾਖੀ ਦਾ ਪੁਰਬ ਮਨਾਇਆ ਤੇ ਇੱਥੋਂ ਹੋਲਾ ਮਹੱਲਾ ਕੱਢਿਆ। ਇੱਥੇ ਸਤਿਗੁਰੂ ਜੀ ਨੇ ਇੱਕ ਨਹੀਂ ਦੋ ਨਹੀਂ 125,000 ਪ੍ਰਾਣੀਆਂ ਨੂੰ ਸਤਿਗੁਰੂ ਜੀ ਨੇ ਮੁੜ ਅੰਮ੍ਰਿਤਪਾਨ ਕਰਾਇਆ ਦਮਦਮਾ ਸਾਹਿਬ ਵਿਖੇ। ਹੁਣ ਸਤਿਗੁਰੂ ਜੀ ਇੱਥੇ ਅਮਨ ਚੈਨ ਦੇ ਨਾਲ ਸਤਿਗੁਰੂ ਜੀ ਇੱਥੇ ਸਮਾਂ ਬਤੀਤ ਹੋ ਰਿਹਾ। ਇੱਥੇ ਹੀ ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ, ਭਾਈ ਮਨੀ ਸਿੰਘ ਜੀ ਵੀ ਆ ਕੇ ਇੱਥੇ ਮਿਲੇ ਸਨ ਸਤਿਗੁਰੂ ਜੀ ਨੂੰ। ਇੱਥੇ ਮਾਤਾਵਾਂ ਨੇ ਪੁੱਛਿਆ ਸੀ ਸਤਿਗੁਰੂ ਜੀ ਜਿਹੜੀ ਸੰਗਤ ਅਨੰਦਪੁਰ ਸਾਹਿਬ ਸਾਡੇ ਨਾਲ ਤੁਰੀ ਸੀ ਉਹ ਦਿਖਾਈ ਨਹੀਂ ਦਿੰਦੀ, ਅਨੰਦਪੁਰ ਸਾਹਿਬ ਵਾਲੀ ਸੰਗਤ ਨਜ਼ਰ ਨਹੀਂ ਆਉਂਦੀ, ਚਾਰ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ, ਕਿਉਂਕਿ ਇੱਥੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋ ਚੁੱਕੀ ਸੀ। ਹੁਣ ਮਾਤਾ ਜੀ ਪੁੱਛਦੇ ਨੇ ਵੀ ਚਾਰ ਸਾਹਿਬਜ਼ਾਦੇ ਕਿੱਥੇ ਨੇ, ਨਜ਼ਰ ਨਹੀਂ ਆਉਂਦੇ, ਉਹ ਸੰਗਤ ਅਨੰਦਪੁਰ ਸਾਹਿਬ ਵਾਲੀ ਨਜ਼ਰ ਨਹੀਂ ਆਉਂਦੀ, ਕਿੱਥੇ ਹੈ? ਸਤਿਗੁਰੂ ਜੀ ਨੇ ਉੱਥੇ ਫਿਰ ਬਚਨ ਆਖੇ, ਇਨ ਪੁੱਤਰਨ ਕੇ ਸੀਸ ਪਰਵਾਰ ਦੀ ਸੁੱਤ ਚਾਰ, ਚਾਰ ਮੂਏ ਤੂੰ ਕਿਹਾ ਪਿਆ ਜੀਵਤ ਕਈ ਹਜ਼ਾਰ। ਸਾਡੇ ਖਾਲਸੇ ਵੱਲ ਸਤਿਗੁਰੂ ਜੀ ਨੇ ਹੱਥ ਕਰਕੇ ਕਿਹਾ ਸੀ ਇਹਨਾਂ ਪੁੱਤਰਾਂ ਦੇ ਸੀਸ ਤੋਂ ਮੈਂ ਆਪਣੇ ਚਾਰ ਪੁੱਤਰ ਵਾਰ ਦਿੱਤੇ ਨੇ ਤੇ ਚਾਰ ਵਾਰ ਦਿੱਤੇ ਤੇ ਮੈਂ ਲੱਖਾਂ ਹਜ਼ਾਰਾਂ ਨੂੰ ਬਚਾ ਚੱਲਿਆ। ਤੇ ਮਾਤਾ ਸਾਹਿਬ ਕੌਰ ਦੀ ਝੋਲੀ ਵਿੱਚ ਇੱਥੇ ਖਾਲਸਾ ਪੁੱਤਰ ਪਾਇਆ ਸੀ ਵੀ ਆ ਤੂੰ ਖਾਲਸਾ ਪੁੱਤਰ, ਜੋ ਤੇਰੀ ਮਨ ਦੀ ਇੱਛਾ ਸੀ ਵੀ ਤੇਰੇ ਘਰ ਔਲਾਦ ਹੋਵੇ, ਮੈਂ ਆਪਣਾ ਖਾਲਸਾ ਪੁੱਤਰ ਤੇਰੀ ਝੋਲੀ ਵਿੱਚ ਪਾ ਦਿੱਤਾ ਹੈ। ਹੁਣ ਸਤਿਗੁਰੂ ਜਿੱਥੇ ਠਹਿਰੇ ਨੇ ਇੱਥੇ ਹੀ ਭਾਈ ਡੱਲਾ ਰਹਿੰਦਾ ਹੈ, ਜਿਹਦੇ ਕੋਲੇ ਬਹੁਤ ਵੱਡੀ ਨੇ ਫੌਜ ਰੱਖੀ ਹੈ, ਤਾਕਤ ਵਾਲਾ ਅਮੀਰ ਧਨਾੜ ਹੈ, ਅਕਸਰ ਸਤਿਗੁਰੂ ਜੀ ਕੋਲ ਆ ਕੇ ਬਹਿੰਦਾ ਬਹਿੰਦਾ ਤੇ ਸਤਿਗੁਰੂ ਜੀ ਨੂੰ ਬਾਰ ਬਾਰ ਆਖਦਾ, ਸਤਿਗੁਰੂ ਜੀ ਤੁਸੀਂ ਮੈਨੂੰ ਯਾਦ ਨਹੀਂ ਕੀਤਾ ਅਨੰਦਪੁਰ ਸਾਹਿਬ, ਜੇ ਮੈਨੂੰ ਯਾਦ ਕਰਦੇ ਮੈਂ ਆਪਣੇ ਸਿਪਾਹੀ ਨਾਲ ਲੈ ਕੇ ਆਉਂਦਾ, ਆਪਣੇ ਯੋਧੇ ਨਾਲ ਲੈ ਕੇ ਆਉਂਦਾ, ਤੁਹਾਨੂੰ ਕਿਲ੍ਹਾ ਨਹੀਂ ਛੱਡਣਾ ਪੈਣਾ ਸੀ, ਤੁਹਾਡੇ ਬੱਚਿਆਂ ਦੀ ਸ਼ਹਾਦਤ ਨਹੀਂ ਹੋਣੀ ਸੀ, ਤੁਹਾਨੂੰ ਇਹ ਦਿਨ ਨਹੀਂ ਦੇਖਣੇ ਪੈਣੇ ਸਨ,
ਸਤਿਗੁਰ ਜੀ ਨੇ ਕਹਿ ਦੇਣਾ ਡੱਲਿਆ ਇਹ ਸਭ ਕਰਤਾਰ ਦਾ ਭਾਣਾ ਹੈ, ਕਰਤਾਰ ਦੀ ਰਜ਼ਾ। ਉਹ ਡੱਲਾ ਬਾਰ ਬਾਰ ਆਖਿਆ ਕਰੇ ਅੱਜ ਕੀ ਭਾਣਾ ਵਰਤਿਆ ਭਾਈ ਉਦੈ ਸਿੰਘ ਲਾਹੌਰ ਤੋਂ ਆਪਣੇ ਹੱਥੀ ਸ਼ੁੱਧ ਲੋਹੇ ਦੀ ਬੰਦੂਕ ਬਣਾ ਕੇ ਲਿਆਇਆ ਤੇ ਸਤਿਗੁਰ ਚਰਨਾਂ ਚ ਭੇਟਾ ਕੀਤੀ। ਬੰਦੂਕ ਆਖਿਆ ਸਤਿਗੁਰ ਜੀ ਇਹ ਮੈਂ ਆਪਣੇ ਹੱਥੀ ਬਹੁਤ ਸ਼ਰਧਾ ਵਸ ਤਿਆਰ ਕੀਤੀ ਹੈ, ਬੜੀ ਲੰਬੀ ਦੂਰ ਤੱਕ ਮਾਰ ਕਰਦੀ ਹੈ, ਨਿਸ਼ਾਨਾ ਬੜੀ ਦੂਰ ਤੱਕ ਲਾਉਂਦੀ ਹੈ, ਵੀ ਮੈਂ ਚਾਹੁੰਦਾ ਇਹਨੂੰ ਪ੍ਰਵਾਨ ਕਰੋ ਤੇ ਇਹਦਾ ਨਿਸ਼ਾਨਾ ਪਰਖੋ। ਹੁਣ ਡੱਲਾ ਕੋਲ ਬੈਠਾ ਸੀ, ਰੋਜ਼ ਜੋ ਬਹਾਦਰੀਆਂ ਮਾਰਿਆ ਕਰਦਾ ਸੀ ਵੀ ਮੈਨੂੰ ਯਾਦ ਕਰਦੇ, ਮੈਂ ਆਪਣੀ ਫੌਜ ਲੈ ਕੇ ਆਉਂਦਾ। ਸਤਿਗੁਰੂ ਜੀ ਨੇ ਕਿਹਾ ਡੱਲਿਆ ਜਾ ਆਪਣੀ ਫੌਜ ਵਿੱਚ ਕਿਸੇ ਨੂੰ ਬੁਲਾ ਕੇ ਲਿਆ, ਕਿਸੇ ਯੋਧੇ ਨੂੰ, ਅਸੀਂ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ। ਡੱਲਾ ਛੇਤੀ ਨਾਲ ਗਿਆ, ਜਾ ਕੇ ਆਪਣੇ ਯੋਧੇ ਜੋ ਉਹਨੇ ਤਨਖਾਹ ਤੇ ਰੱਖੇ ਸੀ ਜਾ ਕੇ ਕਹਿੰਦਾ ਆਓ ਗੁਰੂ ਸਾਹਿਬ ਨੇ ਨਿਸ਼ਾਨਾ ਪਰਖਣਾ ਹੈ, ਇੱਕ ਯੋਧੇ ਦੀ ਲੋੜ ਹੈ। ਸਾਰੇ ਇਨਕਾਰੀ ਹੋ ਗਏ ਵੀ ਅਸੀਂ ਜੰਗ ਲੜਨ ਵਾਸਤੇ ਤੇਰੇ ਕੋਲ ਨੌਕਰੀ ਕਰਦੇ ਹਾਂ, ਜੰਗ ਦੇ ਮੈਦਾਨ ਵਿੱਚ ਜੰਗ ਲੜ ਕੇ ਤਾਂ ਅਸੀਂ ਸ਼ਹਾਦਤ ਪਾ ਸਕਦੇ ਹਾਂ, ਐਵੇਂ ਜਾ ਕੇ ਆਪਣੀ ਜਾਨ ਗਵਾਉਣੀ ਇਹ ਚੰਗੀ ਗੱਲ ਨਹੀਂ। ਨਿਸ਼ਾਨਾ ਹੀ ਪਰਖਣਾ, ਗੁਰੂ ਸਾਹਿਬ ਨੇ ਕਿਸੇ ਜਾਨਵਰ ਤੇ ਪਰਖ ਲੈਣ, ਕਿਤੇ ਹੋਰ ਪਰਖ ਲੈਣ, ਕਿਸੇ ਯੋਧੇ ਤੇ ਹੀ ਨਿਸ਼ਾਨਾ ਪਰਖਣਾ ਵੀ ਅਸੀਂ ਆਪਣੀ ਜਾਨ ਨਹੀਂ ਗਵਾ ਸਕਦੇ। ਡੱਲਾ ਸਿਰ ਨੀਵਾਂ ਕਰਕੇ ਵਾਪਸ ਆਇਆ ਤੇ ਕਲਗੀਧਰ ਪਾਤਸ਼ਾਹ ਜੀ ਨੇ ਵੇਖ ਲਿਆ, ਹੁਣ ਕਿਹਾ ਵੀ ਜਾ ਜਿਹੜੇ ਮਰਜ਼ੀ ਤੰਬੂ ਵਿੱਚ ਜਾ ਕੇ ਸਾਡਾ ਹੁਕਮ ਸੁਣਾ ਦੇ ਵੀ ਕਲਗੀਧਰ ਪਾਤਸ਼ਾਹ ਜੀ ਨੇ ਬੰਦੂਕ ਦਾ ਨਿਸ਼ਾਨਾ ਪਰਖਣਾ ਹੈ, ਇੱਕ ਸਰੀਰ ਦੀ ਲੋੜ ਹੈ। ਪਹਿਲੇ ਤੰਬੂ ਵਿੱਚ ਹੀ ਗਿਆ ਜਿੱਥੇ ਦੋਨੋਂ ਪਿਓ ਪੁੱਤਰ ਭਾਈ ਧੀਰ ਸਿੰਘ ਤੇ ਭਾਈ ਵੀਰ ਸਿੰਘ ਦਸਤਾਰ ਸਜਾ ਰਹੇ ਸਨ। ਜਾ ਕੇ ਉਹਨੇ ਆਖਿਆ ਵੀ ਸਤਿਗੁਰੂ ਜੀ ਨੇ ਇੱਕ ਸਰੀਰ ਦੀ ਮੰਗ ਕੀਤੀ ਹੈ, ਬੰਦੂਕ ਦਾ ਨਿਸ਼ਾਨਾ ਪਰਖਣਾ ਹੈ। ਦੋਨੋਂ ਪਿਓ ਪੁੱਤਰ ਦਸਤਾਰ ਸਜਾਉਂਦੇ ਹੋਏ ਭੱਜੇ ਤੇ ਆ ਕੇ ਖੜੇ ਹੋ ਗਏ, ਕਹਿੰਦੇ ਸਤਿਗੁਰੂ ਜੀ ਅਸੀਂ ਹਾਜ਼ਰ ਹਾਂ। ਸਤਿਗੁਰੂ ਜੀ ਨੇ ਆਖਿਆ ਵੀ ਮੈਂ ਇੱਕ ਸਰੀਰ ਦੀ ਮੰਗ ਕੀਤੀ ਹੈ। ਦੋਨੋਂ ਪਿਓ ਪੁੱਤਰ ਆਖਦੇ ਨੇ ਸਤਿਗੁਰੂ ਜੀ ਤੁਸੀਂ ਕਿਸੇ ਦਾ ਨਾਂ ਲੈ ਕੇ ਮੰਗ ਨਹੀਂ ਕੀਤੀ, ਤੁਸੀਂ ਹੁਕਮ ਕੀਤਾ, ਤੁਹਾਡਾ ਹੁਕਮ ਪਹਿਲਾਂ ਮੈਂ ਸੁਣਿਆ। ਪੁੱਤਰ ਕਹਿੰਦਾ, ਪਿਓ ਕਹਿੰਦੇ ਤੁਹਾਡਾ ਹੁਕਮ ਪਹਿਲਾਂ ਮੈਂ ਸੁਣਿਆ, ਮੇਰੇ ਤੇ ਨਿਸ਼ਾਨਾ ਪਰਖੋ। ਸਤਿਗੁਰ ਜੀ ਬੰਦੂਕ ਦਾ ਨਿਸ਼ਾਨਾ ਹੇਠਾਂ ਕਰਦੇ, ਮੂੰਹ ਹੇਠਾਂ ਵੱਲ ਕਰਦੇ ਤੇ ਦੋਨੋਂ ਹੇਠਾਂ ਬਹਿ ਜਾਂਦੇ ਵੀਰ ਆਸਣ ਹੋ ਕੇ। ਸਤਿਗੁਰ ਜੀ ਬੰਦੂਕ ਦੀ ਨਾਲੀ ਉੱਪਰ ਕਰਦੇ, ਦੋਨੋਂ ਪਿਓ ਪੁੱਤਰ ਖੜੇ ਹੋ ਜਾਂਦੇ। ਸਤਿਗੁਰ ਜੀ ਹੋਰ ਉਤਾਂਹ ਕਰਦੇ, ਦੋਨੋਂ ਏਡੀਆਂ ਚੱਕ ਕੇ ਉੱਪਰ ਖੜੇ ਹੁੰਦੇ। ਡੱਲਾ ਬੜਾ ਹੈਰਾਨ। ਹੁਣ ਸਤਿਗੁਰੂ ਜੀ ਨੇ ਨਿਸ਼ਾਨਾ ਪਰਖਿਆ ਪਰ ਨਿਸ਼ਾਨਾ ਉੱਤੋਂ ਦੀ ਕੱਢ ਦਿੱਤਾ, ਕਿਉਂਕਿ ਸਤਿਗੁਰੂ ਜੀ ਨੇ ਆਖਿਆ ਵੀ ਜੇ ਤੁਸੀਂ ਨਹੀਂ ਮੰਨਦੇ ਤੇ ਦੋਨੋਂ ਹੀ ਲਾਈਨ ਵਿੱਚ ਖੜੇ ਹੋ ਜਾਓ। ਦੋਨੋਂ ਹੱਥ ਜੋੜ ਕੇ ਖੜੇ ਹੋ ਗਏ। ਡੱਲਾ ਬੜਾ ਹੈਰਾਨ ਕੋਤਕ ਵੇਖ ਰਿਹਾ, ਜੋ ਬੜੇ ਹੰਕਾਰ ਵਾਲੀਆਂ ਗੱਲਾਂ ਕਰਦਾ ਸੀ ਵੀ ਮੇਰੇ ਯੋਧੇ ਨਾਲ ਹੁੰਦੇ ਤੁਹਾਨੂੰ ਇਹ ਦਿਨ ਨਾ ਦੇਖਣਾ ਪੈਂਦਾ, ਆ ਸਿੱਖਾਂ ਦਾ ਪਿਆਰ ਵੇਖ ਰਿਹਾ। ਸਤਿਗੁਰੂ ਜੀ ਨੇ ਗੋਲੀ ਚਲਾਈ, ਗੋਲੀ ਉੱਤੋਂ ਦੀ ਕੱਢ ਦਿੱਤੀ ਤੇ ਸਤਿਗੁਰੂ ਜੀ ਨੇ ਆਖਿਆ ਭਾਈ ਡੱਲਿਆ ਜੰਗ ਡੋਲਿਆਂ ਦੇ ਨਾਲ ਨਹੀਂ ਲੜੀ ਜਾਂਦੀ, ਤਾਕਤ ਦੇ ਨਾਲ ਨਹੀਂ ਲੜੀ ਜਾਂਦੀ। ਤੇਰੇ ਯੋਧੇ ਤੇਰੇ ਕੋਲ ਤਨਖਾਹ ਲੈ ਕੇ ਤੇਰੇ ਲਈ ਲੜਦੇ ਨੇ, ਮੇਰੇ ਸਿੱਖ ਮੇਰੇ ਤੋਂ ਤਨਖਾਹ ਨਹੀਂ ਲੈਂਦੇ, ਇਹ ਮੇਰੇ ਨਾਲ ਪਿਆਰ ਕਰਦੇ ਨੇ, ਮੇਰੇ ਪਿਆਰ ਖਾਤਰ ਜੰਗ ਵਿੱਚ ਲੜੇ ਨੇ, ਇਹਨਾਂ ਨੇ ਕੋਈ ਕਸਰ ਨਹੀਂ ਛੱਡੀ ਜੰਗ ਵਿੱਚ। ਜੇ ਇਹਨੂੰ ਕੋਈ ਨੁਕਸਾਨ ਹੋਇਆ, ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ ਹੈ, ਉਹ ਕਰਤਾਰ ਦਾ ਭਾਣਾ ਸੀ, ਉਹਦੀ ਰਜ਼ਾ ਸੀ, ਉਹਦੀ ਰਜ਼ਾ ਵਿੱਚ ਅਸੀਂ ਰਾਜੀ ਹਾਂ ਤੇ ਸਾਨੂੰ ਕੋਈ ਸ਼ਿਕਵਾ ਨਹੀਂ। ਹੁਣ ਡੱਲਾ ਕਹਿੰਦਾ ਸਤਿਗੁਰੂ ਜੀ ਬੜਾ ਹੈਰਾਨ ਹੋਇਆ ਵੀ ਉਹਨੂੰ ਆਪਣੇ ਚਰਨਾਂ ਵਿੱਚ ਪੀੜ੍ਹੀ ਜਿੰਨੀ ਥਾਂ ਦੇ ਦਿਓ, ਮੈਨੂੰ ਵੀ ਸਿੱਖੀ ਬਖਸ਼ ਦਿਓ। ਸਤਿਗੁਰੂ ਜੀ ਕਹਿਣ ਲੱਗੇ ਭਾਈ ਡੱਲਿਆ ਅੰਮ੍ਰਿਤ ਛੱਕ ਜੇ ਥਾਂ ਲੈਣੀ ਹੈ, ਬਿਨਾਂ ਅੰਮ੍ਰਿਤ ਛੱਕਿਆਂ ਤਾਂ ਅਸੀਂ ਤੈਨੂੰ ਸੂਈ ਦੇ ਨੱਕੇ ਜਿੰਨੀ ਥਾਂ ਵੀ ਨਹੀਂ ਦੇ ਸਕਦੇ ਆਪਣੇ ਚਰਨਾਂ ਵਿੱਚ। ਫਿਰ ਉਹ ਡੱਲੇ ਨੇ ਅੰਮ੍ਰਿਤ ਛੱਕਿਆ, ਉਹ ਭਾਈ ਡੱਲਾ ਭਾਈ ਡੱਲ ਸਿੰਘ ਬਣ ਗਿਆ ਤੇ ਹੰਕਾਰ ਵੀ ਦੂਰ ਹੋ ਗਿਆ। ਹੁਣ ਇਸ ਤਰ੍ਹਾਂ ਸਤਿਗੁਰੂ ਜੀ ਨੇ ਇੱਥੇ ਗੁਰਦੁਆਰਾ ਇੱਕ ਜੰਡਸਰ ਸਾਹਿਬ, ਇੱਥੇ ਸਤਿਗੁਰੂ ਜੀ ਨੇ ਆਪਣੇ ਘੋੜੇ ਬੰਨੇ ਸਨ ਜੰਡ ਦੇ ਨਾਲ, ਇੱਥੋਂ ਹੀ ਗੁਪਤ ਖਜ਼ਾਨਾ ਪ੍ਰਗਟ ਕਰਕੇ ਆਪਣੀ ਫੌਜ ਨੂੰ ਤਨਖਾਹ ਦਿੱਤੀ ਸੀ। ਹੁਣ ਇੱਥੇ ਗੁਰੂ ਸਾਹਿਬ ਅਮਨ ਚੈਨ ਦੇ ਨਾਲ ਰਹਿ ਰਹੇ ਨੇ। ਇੱਥੇ ਬਾਬਾ ਦੀਪ ਸਿੰਘ ਦੀ ਯਾਦ ਵਿੱਚ ਇੱਕ ਬੁਰਜ ਹੈ ਜੋ ਬਾਬਾ ਦੀਪ ਸਿੰਘ ਜੀ ਨੇ ਆਪ ਬਣਾਇਆ ਸੀ, ਜਿਹਦੀ 70 ਫੁੱਟ ਉਚਾਈ ਹੈ, ਜੋ ਜੰਗੀ ਯੁੱਧ ਨੂੰ ਮੁੱਖ ਰੱਖ ਕੇ ਬਣਾਇਆ ਗਿਆ ਸੀ। ਬਾਬਾ ਦੀਪ ਸਿੰਘ ਜੀ ਦੇ ਇੱਥੇ ਭੋਰਾ ਸਥਾਨ ਵੀ ਹੈ ਜਿੱਥੇ ਬਾਬਾ ਦੀਪ ਸਿੰਘ ਜੀ ਬਹਿ ਕੇ ਬੰਦਗੀ ਕਰਿਆ ਕਰਦੇ ਸਨ। ਸਾਧ ਸੰਗ ਜੀ ਇਸੇ ਦਮਦਮਾ ਸਾਹਿਬ ਦੇ ਅਸਥਾਨ ਤੇ ਬਾਬਾ ਦੀਪ ਸਿੰਘ ਜੀ ਨੇ ਚਾਰ ਬੀੜਾਂ ਦਾ ਉਤਾਰਾ ਕੀਤਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚਾਰ ਬੀੜਾਂ ਦਾ। ਉਹ ਚਾਰੇ ਬੀੜਾਂ ਬਾਬਾ ਦੀਪ ਸਿੰਘ ਜੀ ਨੇ ਚਾਰ ਤਖਤਾਂ ਤੇ ਭੇਜੀਆਂ।
चार बीड़ा का उतारा किया। यह सारा इतिहास आपां दमदमा साहब का आपां श्रवण कर रहे हैं। इत्थे ही भोरा साहब है बाबा दीप सिंह जी का, जिथे बंदगी करते सन, जिथे बह के उन्हें चार, उन्होंने चार बीड़ा का उतारा किया, चार तख्तों से एक एक बीड़ उन्होंने भेटा की। इत्थे ही 70 फुट उच्चा उन्होंने हाथ का बनया होया बुरज है। इत्थे उन्होंने पता लगता है, सुनेहा मिलता है भी जहान खान ने फौज लैके हरिमंदर साहब की बेअदबी की है, सरोवर नूं पूरी है। इथों ही उन्होंने अपने सिंघां नूं नाल लैके चाले पाए सन, खंडा हाथ विच फड़िया सी। इथों ही तुरे सन ते चंबे दे अस्थान ते जिहड़ी जंग होई, इथों अरदास करके तुरे सन दमदमा साहिब तों वी असीं हरिमंदर साहब नूं आजाद करके ही मुड़ांगे जा शहादत का जाम पीवांगे। भी हरिमंदर साहब नूं आजाद करवाउणा है, जालमां नूं सोधा लाउणा है। इत्थों ही अरदास करके तुरे सन ते चंबे दे स्थान ते जिहड़ा जंग होया जहान खां ते बाबा दीप सिंह जी, इक्को टाइम ते दोनों का कट्ठे वार होया ते दोनों दे जिहड़े सीस धड़ तों अलग हो गए। पिछों सिंह ने आवाज मारी, बाबा जी तुसीं अरदासा करके तुरे सो दमदमा साहब तों, भी जदों तक हरिमंदर साहब नूं आजाद नहीं करा लैंदे उदों तक वापस नहीं मुड़ांगे, वचन तोड़ चले हो। उदों बाबा दीप सिंह जी ने अपने खब्बे हाथ की तली ते शीस रख के वैरियां दे ऐसे आहू लाए ते वैरियां विच भाजणा पै गईआं ते जाके उन्हां नूं आखणा पिया सी, असीं सिखां नूं नहीं जित सकदे, सिखां नूं नहीं हरा सकदे। पुछदा क्यों, कहिंदे इन्हां ने तां मुड़दे भी लड़दे ने, बिना शीस तों लड़न वाली कौम है, इह तां बिना शीस तों भी लड़दे ने, इन्हां दे धड़ भी लड़दे ने, इन्हां नूं हराया नहीं जा सकदा। ते अपना शीस हरिमंदर साहब जाके गुरु दे सिख ने भेटा किया, दमदमा साहब तों अरदास करके तुरे सन। हुण देखो इत्थे कलगीधर पातशाह महाराज जिन्हां ने दमदमा साहब नूं चौथा तख्त होने का माण बख्शिया, उन्हां तों पहलां 12 साल पहलां उन्हां दे लगभग पिता जी उत्थे आए सन, गुरु तेग बहादुर महाराज उत्थे आए सन। उन्हां नूं सिख संगत ने आख्या सी वी तुसीं इत्थे बैठो, उच्ची थां ते बैठो। उदों गुरु तेग बहादुर महाराज ने वचन किए सन वी इत्थे आउण वाले समय विच भविख विच इस थां ते बैठण वाला योधा आवेगा, महापरोपकारी आवेगा, उस स्थान ते आके बैठेगा। हुण कलगीधर पातशाह जी जो गुरु तेग बहादुर महाराज वचन करके गए सन उस स्थान ते जाके बैठे, उस स्थान ते जाके टिकाणा कीता। हुण दमदमा साहब तों ही देखो इन्नियां रहमतां, इन्नियां बख्शिशां कलगीधर पातशाह जी ने अपने सिखां ते कीतियां। साध संगत जी जदों भी सानूं मौका मिले, जो साडे गुरु धाम ने इन्हां दे सानूं दर्शन करने चाहिए ने। चार तख्तां विचों तख्त श्री दमदमा साहिब साबो की तलवंडी बठिंडा, इत्थे जो इतिहासिक स्थान ने, भाई डल्ले दे परिवार कोल एक पोशाक भी है, उन्हां दा घर उत्थे मौजूद है। थोड़ी दूर ते कलगीधर पातशाह जी दी पहनी हुई पोशाक चोला जिन्हों खून ते पसीने दे दाग लगे हुए ने, सिख विद्वानां दा मनना है भी यही पोशाक सतगुरु जी ने मुक्तसर साहब जंग विखे पहनी सी। इसे पोशाक नूं पहन के भाई मां सिंह दा सिर अपनी झोली विच रखिया सी ते विदावा पाड़िया सी, उहदे च खून दे छिट्टे लगे होए ने, पसीने दे दाग पए ने। उस जंग विच मुक्तसर साहब विखे सतगुरु जी ने इस पोशाक नूं पहनिया सी। उह पोशाक सतगुरु जी कटार परिवार कोल है। सो जदों मौका मिले जाके सानूं दर्शन करने चाहीदे ने।